ਫਾਜ਼ਿਲਕਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਟ੍ਰੈਫਿਕ ਹੋਇਆ ਜਾਮ। ਜਾਮ ਦੇ ਵਿੱਚ ਸੈਂਕੜੋ ਵਹੀਕਲ ਫਸੇ, ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮ ਤੈਨਾਤ ਕਰਨ ਦੀ ਮੰਗ। ਫਾਜ਼ਿਲਕਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਅੱਜ ਭਿਅੰਕਰ ਜਾਮ ਲੱਗ ਗਿਆ ਅਤੇ ਜਾਮ ਦੇ ਵਿੱਚ ਸੈਂਕੜੋ ਵਹੀਕਲ ਫਸ ਗਏ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਦੇ ਮੁਤਾਬਕ ਰੇਲਵੇ ਅੰਡਰ ਬ੍ਰਿਜ ਦੇ ਬਾਹਰ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਰੇਲਵੇ ਅੰਡਰ ਬ੍ਰਿਜ ਦੇ ਵਿੱਚੋਂ ਨਿਕਲਣ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਝੇਲਣੀ ਪਈ ਅਤੇ ਇੱਥੇ ਟ੍ਰੈਫਿਕ ਜਾਮ ਹੋ ਗਿਆ। ਜਾਮ ਦੇ ਵਿੱਚ ਸੈਂਕੜੋ ਵਹੀਕਲ ਫਸ ਗਏ, ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਇੱਥੇ ਪੁਲਿਸ ਮੁਲਾਜ਼ਮ ਤੈਨਾਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਬਲਵੀਰ ਸਿੰਘ, ਕੀ ਦਿੱਕਤ ਆ ਰਹੀ ਹੈ? ਦਿੱਕਤ ਬਸ ਆ, ਘੰਟਾ ਡੇਢ ਹੋ ਗਿਆ ਖੜਿਆ ਨੂੰ। ਕੀ ਕਾਰਨ ਕੀ ਹੈ ਜੀ? ਜਿਹੜੇ ਲੰਘਣ ਨੂੰ ਹੈ ਜੀ। ਕਿਉਂ ਜਾਮ ਕਿਉਂ ਲਗਾਇਆ ਇੱਥੇ? ਨਾ ਜਾਮ ਜਿਹਨੂੰ ਕਹਿੰਦੇ 2 ਮਿੰਟ ਰੁਕ ਜਾਣਾ, ਥੱਲੇ ਆਈ ਜਾਣ, ਅੱਜ ਮਰਜ਼ੀ ਕੀਤੀ ਜਾਂਦੀ। ਮੁਲਾਜ਼ਮ 2 ਹੋਣ ਸਾਹਿਬ ਕਹਾਂ। ਕੋਈ ਮੁਲਾਜ਼ਮ ਆਇਆ ਪੁਲਿਸ ਦਾ ਇੱਥੇ? ਨਹੀਂ ਆਇਆ ਜੀ। ਟ੍ਰੈਫਿਕ ਵਾਲਾ ਕੋਈ ਨਹੀਂ ਆਇਆ? ਕੀ ਮੰਗ ਕੀ ਕਰਦੇ ਹੋ? ਮੰਗ ਇਹ ਕਰਨੇ ਵਿਦਸਤਰ ਮਾੜਾ ਮੋਟਾ ਸੰਦ ਤਾਂ ਲੱਗੇ, ਛੋਟਾ ਸੰਦ ਤਾਂ ਲੱਗੇ। ਬਲਕਾਰ ਸਿੰਘ, ਕੀ ਪਰੇਸ਼ਾਨੀ ਆ ਰਹੀ ਹੈ? ਕਿੰਨੀ ਦੇਰ ਹੋ ਗਈ ਫਸੇ ਤੁਹਾਨੂੰ? 20 ਮਿੰਟ। ਕਿੰਨਾ ਕੁ ਜਾਮ ਲੱਗਿਆ? 2-3 ਹਜ਼ਾਰ ਠੰਡਾ ਹੋਇਆ। ਕੀ ਕਾਰਨ ਕੀ ਜਾਮ ਲੱਗਣ ਦਾ ਜੀ? ਟ੍ਰੈਫਿਕ ਲਾਈ ਗੰਦਾ ਉੱਧਰ ਗੱਡੀ ਟ੍ਰੇਨ। ਅੱਜ ਤੋਂ ਪਹਿਲਾਂ ਕਦੇ ਜਾਮ ਦੇਖਿਆ ਇਸ ਨਾਲ ਦਾ? ਕੋਈ ਨਹੀਂ।